ਗਾਇਕ ਸ਼੍ਰੀ ਬਰਾੜ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ਮਰਡਰ ਵਿਵਾਦਾਂ ਦੇ ਵਿੱਚ ਹੈ। ਦਰਅਸਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਐਡਵੋਕੇਟ ਦੇ ਵੱਲੋਂ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ DGP ਨੂੰ ਇਸ ਸੰਬੰਧੀ ਲੀਗਲ ਨੋਟਿਸ ਭੇਜਿਆ ਗਿਆ ਅਤੇ 2019 ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਹਥਿਆਰਾਂ ਅਤੇ ਹਿੰਸਾ ਨੂੰ ਪ੍ਰਮੋਟ ਕਰਨ ਤੇ ਪਾਬੰਦੀ ਲਾਈ ਗਈ ਸੀ ਕਿ ਜਿਹੜੇ ਗੀਤ ਹਿੰਸਾ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਕਿ ਉਹਨਾਂ ਤੇ ਰੋਕ ਲਾਈ ਜਾਵੇਗੀ। ਪਰ ਇਲਜ਼ਾਮ ਇਹ ਨੇ ਕਿ ਗਾਇਕ ਸ਼੍ਰੀ ਬਰਾੜ ਦੇ ਮਰਡਰ ਗੀਤ ਦੇ ਵਿੱਚ ਮਰਡਰ ਦੇ ਬਦਲੇ ਮਰਡਰ ਕਰਨ ਅਤੇ ਮੂੰਹ 'ਚ ਪਿਸਟਲ ਪਾ ਕੇ ਕਤਲ ਕਰਨ ਅਤੇ ਕੈਨੇਡਾ ਦੇ ਇੱਕ ਗੈਂਗਸਟਰ ਬਿੰਦੀ ਜੌਹਲ ਦਾ ਵੀ ਜ਼ਿਕਰ ਕੀਤਾ ਗਿਆ। ਲੀਗਲ ਨੋਟਿਸ ਭੇਜ ਕੇ ਇਸ ਗੀਤ ਨੂੰ YouTube ਅਤੇ ਬਾਕੀ ਪਲੇਟਫਾਰਮਸ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਸ਼੍ਰੀ ਬਰਾੜ ਤੇ 2021 ਦੇ ਵਿੱਚ ਵੀ ਪਟਿਆਲਾ 'ਚ ਇਸੇ ਤਰ੍ਹਾਂ ਦੇ ਇੱਕ ਗਾਣੇ ਨੂੰ ਲੈ ਕੇ FIR ਦਰਜ ਹੋਈ ਸੀ। ਹਾਲਾਂਕਿ ਇਸ ਵੇਲੇ ਸ਼੍ਰੀ ਬਰਾੜ ਆਸਟ੍ਰੇਲੀਆ ਦੇ ਵਿੱਚ ਹੈ ਤੇ ਉਹ ਉੱਥੇ ਰਹਿ ਕੇ ਹੀ ਗਾਣੇ ਬਣਾ ਰਿਹਾ ਹੈ। ਪਰ ਸ਼੍ਰੀ ਬਰਾੜ ਦਾ ਇਹ ਨਵਾਂ ਗੀਤ ਮਰਡਰ ਵਿਵਾਦਾਂ ਦੇ ਵਿੱਚ ਘਿਰ ਗਿਆ। ਸ਼੍ਰੀ ਬਰਾੜ ਅਤੇ ਗੁਰਲੇਜ਼ ਅਖਤਰ ਨੇ ਇਹ ਗੀਤ ਮਿਲ ਕੇ ਗਾਇਆ ਹੈ ਅਤੇ ਇਸ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ DGP ਨੂੰ ਲੀਗਲ ਨੋਟਿਸ ਭੇਜਿਆ ਗਿਆ 2019 ਦੇ ਹਾਈ ਕੋਰਟ ਦੇ ਉਸ ਆਦੇਸ਼ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਗੀਤਾਂ 'ਚ ਹਥਿਆਰ ਤੇ ਹਿੰਸਾ ਨੂੰ ਪ੍ਰਮੋਟ ਕਰਨ ਤੇ ਰੋਕ ਹੈ। ਦੱਸ ਦਈਏ ਕਿ ਵਕੀਲ ਦਾ ਕਹਿਣਾ ਹੈ ਕਿ ਸ਼੍ਰੀ ਬਰਾੜ ਦੇ ਇਸ ਗੀਤ ਦੇ ਵਿੱਚ ਮਰਡਰ ਬਦਲੇ ਮਰਡਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੈਨੇਡਾ ਦੇ ਇੱਕ ਗੈਂਗਸਟਰ ਬਿੰਦੀ ਜੌਹਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਹੁਣ ਮੰਗ ਇਹ ਕੀਤੀ ਜਾ ਰਹੀ ਹੈ ਕਿ ਸ਼੍ਰੀ ਬਰਾੜ ਦਾ ਇਹ ਗੀਤ YouTube ਤੋਂ ਹਟਾਇਆ ਜਾਵੇ ਤੇ ਬਾਕੀ ਪਲੇਟਫਾਰਮਸ ਤੋਂ ਵੀ ਹਟਾਇਆ ਜਾਵੇ। ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਤੇ ਕਦੋਂ ਇਹ ਕਾਰਵਾਈ ਹੁੰਦੀ ਹੈ। ਇਸ ਸੰਬੰਧੀ ਪੰਜਾਬ ਦੇ DGP, ਹਰਿਆਣਾ ਦੇ DGP ਅਤੇ ਚੰਡੀਗੜ੍ਹ ਦੇ DGP ਨੂੰ ਲੀਗਲ ਨੋਟਿਸ ਭੇਜ ਕੇ ਇਹ ਮੰਗ ਕੀਤੀ ਗਈ ਹੈ ਕਿ ਗਾਇਕ ਸ਼੍ਰੀ ਬਰਾੜ ਅਤੇ ਗੁਰਲੇਜ਼ ਅਖਤਰ ਦਾ ਮਰਡਰ ਗੀਤ YouTube ਸਮੇਤ ਬਾਕੀ ਪਲੇਟਫਾਰਮਸ ਤੋਂ ਹਟਾਇਆ ਜਾਵੇ। ਦੇਖੋ ਜੀ, ਇਹਦੇ ਵਿੱਚ ਮੇਨ ਗੱਲ ਇਹ ਹੈ ਕਿ ਪਹਿਲਾਂ ਅੱਜ ਤੋਂ 3-4 ਸਾਲ ਪਹਿਲਾਂ ਹਾਈਕੋਰਟ ਦਾ ਫੈਸਲਾ ਆਇਆ ਸੀਗਾ ਡਿਵੀਜ਼ਨ ਬੈਂਚ ਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਵੀ ਗਾਣਾ ਜਿਹਦੇ ਵਿੱਚ ਡਰੱਗਸ, ਕ੍ਰਾਈਮ, ਲਿਕਰ ਜਾਂ ਸ਼ਰਾਬ ਬਾਰੇ ਕੋਈ ਵੀ ਗੱਲ ਹੁੰਦੀ ਆ ਤਾਂ ਉਹ ਅਲਾਓ ਨਹੀਂ ਕੀਤਾ ਜਾਏਗਾ ਪਲੇ ਕਰਨਾ। ਇਹਦੇ ਵਿੱਚ ਡਾਇਰੈਕਸ਼ਨ ਜਿਹੜੀ ਹੋਈਆਂ ਸੀਗੀਆਂ DGP ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ DGP ਸਾਹਿਬਾਨ ਨੂੰ, ਸਾਰਿਆਂ ਨੂੰ ਡਾਇਰੈਕਸ਼ਨ ਹੋਈਆਂ ਸੀ ਵੀ ਇਹੋ ਜਿਹੇ ਗਾਣੇ ਤੁਸੀਂ ਚੱਲਣ ਨਹੀਂ ਦੇਣੇ। ਪਰ ਉਸ ਦੇ ਬਾਵਜੂਦ ਵੀ ਆਪਾਂ ਦੇਖਿਆ ਕਿ ਉਸ ਤੋਂ ਬਾਅਦ ਵੀ 2019 'ਚ ਫੈਸਲਾ ਆਇਆ ਸੀਗਾ, ਉਹ ਤੋਂ ਬਾਅਦ ਵੀ ਕਈ ਗਾਣੇ ਚੱਲਦੇ ਰਹੇ ਹੈ। ਹੁਣ ਜਿਹੜਾ ਲੇਟੈਸਟ ਐਗਜ਼ਾਮਪਲ ਜਿਹੜਾ ਸ਼੍ਰੀ ਬਰਾੜ ਜੀ ਨੇ ਗਾਣਾ ਕੱਢਿਆ, ਪਵਨਦੀਪ ਸਿੰਘ ਜੀ ਨੇ ਅਤੇ ਗੁਰਲੇਜ਼ ਅਖਤਰ ਨੇ, ਉਹ ਗਾਣੇ ਦਾ ਨਾਮ ਹੈਗਾ ਮਰਡਰ। ਇਹਦੇ ਵਿੱਚ ਜੀ ਉਹ ਕਹਿੰਦੇ ਨੇ ਕਿ ਵੇ ਉਹ ਰਾਜ਼ੀਨਾਮੇ ਚਾਹੁੰਦੇ ਆ, ਤੁਸੀਂ ਕਿਉਂ ਨਹੀਂ ਕਰਦੇ? ਅਤੇ ਉੱਪਰ ਸ਼੍ਰੀ ਬਰਾੜ ਜੀ ਜਵਾਬ ਦਿੰਦੇ ਨੇ ਉਹ ਮਰਡਰ ਦੇ ਬਦਲੇ ਮਰਡਰ ਚਾਹੁੰਦੇ ਆ ਨਾਲ ਦੇਣੀ। ਤੁਸੀਂ ਇਹ ਦੇਖੋ ਇਹ ਪੰਜਾਬ ਦੇ ਯੂਥ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ? ਇਹ ਯੂਥ ਆਈਕਨ ਨੇ, ਸਾਰੇ ਲੋਕ ਇਹਨਾਂ ਵੱਲ ਦੇਖਦੇ ਨੇ ਕਿ ਇਹ ਜੋ ਮੈਸੇਜ ਦੇਣਗੇ ਤਾਂ ਅਸੀਂ ਉਹਨਾਂ 'ਤੇ ਗੌਰ ਕਰਾਂਗੇ, ਗੌਰਤਲਬ ਕਰਨਗੇ ਅੱਗੇ। ਬਟ ਤੁਸੀਂ ਇਹ ਦੇਖੋ ਇਹ ਉਹੀ ਨੇ ਬਰਾੜ ਸਾਹਿਬ ਜਿਹੜੇ ਪਹਿਲਾਂ ਕਿਸਾਨ ਐਂਥਮ ਦਾ ਗਾਣਾ ਗਾਉਂਦੇ ਸੀ, ਹੁਣ ਇਹਨਾਂ ਨੇ ਚੈਨਲ ਬਿਲਕੁਲ ਹੀ ਬਦਲ ਦਿੱਤਾ, ਜਿੱਥੇ ਇਹਨਾਂ ਨੇ ਆਪਣੀ ਛਵੀ ਆਲ ਟੂਗੈਦਰ ਬਦਲ ਲਈ ਆ। ਮੇਰਾ ਕੋਈ ਉਹਨਾਂ ਦੇ ਖਿਲਾਫ ਨਹੀਂ ਹੈਗਾ, ਮੇਰਾ ਸਿੰਪਲ ਇਹ ਹੈ ਕਿ ਕੋਈ ਵੀ ਸਿੰਗਰ ਜਿਹੜੇ ਇਹੋ ਜਿਹੇ ਗਾਣੇ ਗਾਉਂਦੇ ਨੇ, ਫਿਰ ਅੱਗੇ ਮੈਂ ਹੋਰ ਦੱਸਦਾ ਜੀ, ਗੌਰ ਕਰਨ ਵਾਲੀ ਗੱਲ ਇਹ ਹੈ ਇਹਨਾਂ ਨੇ ਅੱਗੇ ਮੈਨਸ਼ਨ ਕਰਿਆ ਆਪਣੇ ਗਾਣੇ ਦੇ ਵਿੱਚ ਕਿ ਬੈਕ ਬਾਈਟ ਜੋ ਕਰਦੇ ਸੀ ਚੌਲ ਮਿੱਠੀਏ, ਮੂੰਹਾਂ 'ਚ ਪਵਾ ਦੂੰ ਮੈਂ ਪਸਤੌਲ ਮਿੱਠੀਏ, ਜਿੰਨਾ ਚਿਰ ਖੜਾ ਰੱਖੂੰ ਟੰਗ ਟੰਗ ਕੇ, ਜਿਵੇਂ ਰੱਖਦਾ ਹੁੰਦਾ ਸੀ ਬਿੰਦੀ ਜੌਲ ਮਿੱਠੀਏ। ਹੁਣ ਤੁਸੀਂ ਇਹ ਦੇਖੋ ਜੀ ਜਿਹੜੇ ਬਿੰਦੀ ਜੌਲ ਨੇ, ਇਹ ਬਿੰਦੀ ਜੌਲ ਜੀ ਕੈਨੇਡਾ ਦੇ ਪੁਖਿਆਤ ਗੈਂਗਸਟਰ ਰਹੇ ਨੇ,
ਤੇ ਚਲੋ ਦੁਨੀਆ ਤੇ ਨਹੀਂ ਹੈਗੇ ਉਹ, ਫਿਰ ਅੱਗੇ ਕਹਿੰਦੇ ਨੇ ਸ਼੍ਰੀ ਬਰਾੜਾ ਕਰਕੇ ਛਾਨਣਾ ਲੰਘ ਜਾਂਦੇ, ਮਤਲਬ ਇੰਨੀਆਂ ਗੋਲੀਆਂ ਮਾਰ ਦੇਣੀ ਵੀ ਬਾਡੀ ਛਾਨਣ ਬਣ ਜਾਣੀ, ਮਾਰਦੇ ਬ੍ਰਸ਼ਟ ਜਦੋਂ ਉਹਨੇ ਡੱਕੇ ਹੋਏ ਮਾਲ ਦੇ ਨਹੀਂ। ਹੁਣ ਤੁਸੀਂ ਇਹ ਦੇਖੋ, ਬ੍ਰਸ਼ਟ ਹੋ ਗਏ, ਮਾਲ ਹੋ ਗਿਆ, ਇਹ ਕੀ ਚੀਜ਼ਾਂ ਕਰ ਰਹੇ ਨੇ, ਯੂਥ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹ ਰਹੇ ਹਾਂ, ਇਹਦੇ ਨਾਲ ਕੀ ਹੋ ਰਿਹਾ? ਆਲਰੇਡੀ ਇੰਨਾ ਜ਼ਿਆਦਾ ਪੰਜਾਬ ਦੇ ਵਿੱਚ ਦੂਜੇ ਦਿਨ ਅਸੀਂ ਸੁਣਦੇ ਹਾਂ ਕਿ ਕੋਈ ਗੈਂਗਸਟਰਵਾਦ ਚੱਲ ਰਿਹਾ, ਕੋਈ ਗੈਂਗਸਟਰਾਂ ਦੀ ਲੜਾਈ ਚੱਲ ਪਈ ਹੈ, ਗੈਂਗ ਵਾਰ ਚੱਲ ਰਹੀ ਹੈ, ਉਹਦੇ ਬਾਵਜੂਦ ਵੀ ਇਹ ਕੁਛ ਕਰ ਰਹੇ ਹੈ, ਤਾਂ ਇਹਦੇ ਬਾਰੇ DGP ਸਾਹਿਬ ਨੂੰ ਤੁਰੰਤ ਅਸੀਂ ਚਾਹੁੰਦੇ ਹਾਂ ਵੀ ਐਕਸ਼ਨ ਲੈਣ ਨੂੰ, ਅਤੇ ਹਾਈਕੋਰਟ ਦੀ ਗਾਈਡਲਾਈਨਸ ਦੀ ਪਾਲਣਾ ਕਰਦੇ ਹੋਏ, ਹਾਈਕੋਰਟ ਦੀ ਡਾਇਰੈਕਸ਼ਨ ਦੀ ਪਾਲਣਾ ਕਰਦੇ ਹੋਏ, ਇਹ ਗਾਣੇ ਨੂੰ ਯੂਟਿਊਬ ਤੋਂ, ਵਿੰਕ ਤੋਂ, ਐਪਲ ਮਿਊਜ਼ਿਕ ਤੋਂ, ਸਾਰੇ ਜਿਹੜੇ ਔਨਲਾਈਨ ਪਲੇਟਫਾਰਮ ਹੈਗੇ ਹੈ ਉੱਥੋਂ ਹਟਾਇਆ ਜਾਵੇ, ਸੋ ਦੈਟ ਕਿਸੇ ਲੋਕਾਂ ਦੇ ਜਿਹੜੇ ਬੱਚਿਆਂ ਦੇ ਮਨ ਨੇ ਜਾਂ ਦਿਮਾਗ ਨੇ ਉਹ ਇਹਦੇ ਨਾਲ ਪ੍ਰਦੂਸ਼ਿਤ ਨਾ ਹੋਣ। ਕਿਉਂਕਿ ਗੱਲ ਇਹ ਹੈ ਕਿ ਜਦੋਂ ਹਾਈਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਹਥਿਆਰਾਂ ਨੂੰ ਜਾਂ ਹਿੰਸਾ ਨੂੰ ਗਲੋਰੀਫਾਈ ਨਹੀਂ ਕੀਤਾ ਜਾਏਗਾ, ਅਤੇ ਜਿਹੜਾ ਕਰੇਗਾ ਉਹਦੇ ਖਿਲਾਫ਼ ਕਾਰਵਾਈ, ਕਿਆ ਕਾਰਵਾਈ ਦੀ ਵੀ ਮੰਗ ਕੀਤੀ ਹੈ? ਬਿਲਕੁਲ ਜੀ, ਕਾਰਵਾਈ ਤਾਂ ਜੋ ਕਰਨੀ ਹੈ ਉਹ DGP ਸਾਹਿਬ ਨੇ ਕਰਨੀ ਹੈ, ਤਾਂ ਹੀ ਉਹਨਾਂ ਨੂੰ ਅਸੀਂ ਇੱਕ ਵਾਰੀ ਉਹਨਾਂ ਦੀ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰੀ ਹੈ ਕਿ ਤੁਸੀਂ ਇਹਦੇ ਉੱਪਰ ਸਾਇਲੈਂਟ ਬੈਠੇ ਹੋ ਇੰਨੇ ਟਾਈਮ ਦੇ, ਇਹ ਤਾਂ ਕੰਟੀਨਿਊਸ ਕੰਟੈਂਪਟ ਹੈ, ਜਦ ਤੱਕ ਇਹ ਐਕਸ਼ਨ ਨਹੀਂ ਲੈਣਗੇ ਤਾਂ ਇਹ ਤਾਂ ਕੰਟੈਂਪਟ ਚੱਲਦੀ ਰਹਿ ਰਹੀ ਹੈ, ਔਰ ਇਹਨਾਂ ਨੂੰ ਅਸੀਂ ਹੁਣ ਇਸ ਨੋਟਿਸ ਦੇ ਰਾਹੀਂ 7 ਦਿਨ ਦਾ ਟਾਈਮ ਦਿੱਤਾ, ਜਿਹਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ 7 ਦਿਨ ਦੇ ਵਿੱਚ ਇਹ ਗਾਣੇ ਨੂੰ ਹਟਾਓ, ਅਦਰਵਾਈਜ਼ ਅਸੀਂ ਕੰਟੈਂਪਟ ਪਟੀਸ਼ਨ ਪਾ ਕੇ ਜੋ ਬਣਦਾ ਐਕਸ਼ਨ ਹੈਗਾ ਉਹ ਅਸੀਂ ਹਾਈਕੋਰਟ ਨੂੰ ਬੇਨਤੀ ਕਰਾਂਗੇ ਅਤੇ ਉਹ ਐਕਟ ਅਪਾਉਣ ਕਰਨਗੇ ਇਸ ਚੀਜ਼ ਉੱਪਰ। ਇਹ ਨੋਟਿਸ ਅਸੀਂ ਜੀ DGP ਪੰਜਾਬ ਨੂੰ, DGP ਹਰਿਆਣਾ ਨੂੰ ਔਰ DGP UT ਚੰਡੀਗੜ੍ਹ ਨੂੰ ਭੇਜੇ ਜੀ।